ਤਾਂ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਨ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਦੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਬਾਈ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਕਰੰਟ ਅਫੇਅਰ ਦਾ ਜਿਹੜਾ ਸੈਸ਼ਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਕਿ ਅੰਗੇ ਜਿਸ ਦੇ ਵਿੱਚ ਤਕਰੀਬਨ ਤੁ ਹਾਂਜੀ ਸੋ ਹਰ ਮਹੀਨთ ਦੇ ਅਕੋਰਡਿੰਗ ਜਿਹੜੀ ਤੁਹਾਨੂੰ ਕਰੰਟ ਅਫੇਅਰ ਆਪਾਂ ਜਿਹੜਾ ਹੈ ਐਡ ਕਰਕੇ ਦਿਆ ਕਰਾਂਗੇ ਸੋ ਇਸ ਦੇ ਵਿੱਚ ਦੋ ਜਾਂ ਤਿੰਨ ਜਾਂ ਜਦ ਤੋਂ ਜ਼ਿਆਦਾ ਪੰਜ ਦਿਨਾਂ ਦੀ ਆਪਾਂ ਕਰੰਟ ਅਫੇਅਰ ਇੱਕ ਕਲਾਸ ਦੇ ਵਿੱਚ ਡਿਸਕਸ ਕਰਿਆ ਕਰਾਂਗੇ ਸੋ ਅੱਜ ਦੀ ਕਲਾਸ ਆਪਣੀ ਜਿਹੜੀ ਹੈ ਉਹ ਅਗਸਤ ਮਹੀਨੇ ਦੀ ਕਰੰਟ ਅਫੇਅਰ ਦੇ ਨਾਲ ਰਿਲੇਟਡ ਹੈ ਜਿਹੜੀ ਕਿ 1 ਅਗਸਤ ਤੋਂ ਲੈ ਕੇ 3 ਅਗਸਤ ਤੱਕ ਦੇ ਦੌਰਾਨ ਹੋਣੀਆਂ ਪ੍ਰਮੁੱਖ ਘਟਨਾਵਾਂ ਦੇ ਬਾਰੇ ਸਾਨੂੰ ਜਾਣਕਾਰੀ ਦੇਵੇਗੀ ਇਹ ਤੁਹਾਨੂੰ ਤਕਰੀਬਨ ਪੰਜਾਬ ਤੇ ਦੇ ਇੰਡੀਆ ਦੇ ਲਗਭਗ ਸਾਰੇ ਇਗਜ਼ਾਮ ਦੇ ਵਿੱਚ ਹੈਲਪਫ ਰਹਿਣਗੇ ਸੋ ਤੁਸੀਂ ਆਪਣੇ ਪੇਪਰ ਦੇ ਅਕੋਰਡਿੰਗ ਜਿਹੜੀ ਕਰੰਟ ਅਫੇਅਰ ਆ ਉਹ ਡਿਸਕਸ ਕਰ ਸਕਦੇ ਹੋ ਮੀਨਸ ਜਿਹੜੇ ਸਟੱਡੀ ਕਰ ਸਕਦੇ ਹੋ ਕਿਉਂ ਓਕੇ WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਕਿਉਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਜਿਹੜੇ ਸਟੂਡੈਂਟ ਥਿ ਜਿਹੜੀਆਂ ਜੁਆਇਨ ਕਰਨਾ ਚਾਹੁੰਦੇ ਹੈਗੇ ਅੱਗੇ ਜਿਸ ਦੇ ਵਿੱਚ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਅਤੇ ਪੰਜਾਬੀ ਦੀਆਂ ਜਿਹੜੀਆਂ ਕਲਾਸਾਂ ਨੇ ਉਹ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਰਮਨ ਇੰਸਟੀਚਿਊਟ ਨਾਮ ਦੀ ਐਪ ਹੈ ਜੋ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੈਗੇ ਕਿਉਂਗੇ ਸੋ ਉੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ ਥਿਊਰੀ ਪਲੱਸ ਪੀਡੀਐਫ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈਗੀ ਓਕੇ ਸ਼ੁਰੂ ਕਰਦੇ ਆਂ ਇਹਦਾ ਸੈਸ਼ਨ ਬਿਨਾਂ ਟਾਈਮ ਵੇਸਟ ਕੀਤੇ 1 ਅਗਸਤ 2023 ਸੋ ਇਸ ਦਿਨ ਕੀ ਘਟਨਾਵਾਂ ਹੋਈਆਂ ਨੇ ਅੱਗੇ ਪ੍ਰਮੁੱਖ ਜੋ ਐਗਜ਼ਾਮ ਦੇ ਪੱਖ ਤੋਂ ਇੰਪੋਰਟੈਂਟ ਨੇਗੇ ਆਂ ਤੁਸੀਂ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਕ ਦਿਨ ਦੇ ਵਿੱਚ ਜੋ ਇੰਪੋਰਟੈਂਟ ਕੁਐਸਚਨ ਨੇ ਉਹਨਾਂ ਨੂੰ 10 ਕੁਐਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਕੁਐਸਚਨ ਹੁੰਦੇ ਨੇ ਬਟ ਉਹਨਾਂ ਨੂੰ ਆਪਾਂ ਅਲੱਗ ਤੋਂ ਡਿਸਕਸ ਕਰਦੇ ਰਹਿਮ ਬਟ ਐਗਜ਼ਾਮ ਦੇ ਪੱਖ ਤੋਂ ਜਿਹੜੇ ਕੁਐਸਚਨ ਇੰਪੋਰਟੈਂਟ ਨੇ ਉਹਨਾਂ ਨੂੰ ਆਪਾਂ ਅਲੱਗ ਸੀਰੀਜ਼ ਦੇ ਵਿੱਚ ਐਡ ਕਰਕੇ ਕਰਾਂਗੇ ओके okay? so, सो फर्स्ट क्वेश्चन ਰਹੇਗਾ ਚੀਨ ਦੀ ਕੇਂਦਰੀ ਬੈਂਕ ਦੇ ਗਵਰਨਰ ਦੇ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਅਗਸਤ 2023 ਦੇ ਵਿੱਚ ਸੋ ਪੇਨ ਗਿੰਗ ਸੌਂਗ ਜਿਹੜਾ ਹੈ ਸੋ ਇਸ ਨੂੰ ਚੀਨ ਦੀ ਕੇਂਦਰੀ ਬੈਂਕ ਦੇ ਗਵਰਨਰ ਦੇ ਵਜੋਂ ਨਿਯੁਕਤ ਕੀਤਾ ਗਿਆ ਹੈਗਾ ਅਤੇ ਇਹ ਚੀਨ ਦੀ ਕੇਂਦਰੀ ਕੇਂਦਰੀ ਬੈਂਕ ਦਾ ਜਿਹੜਾ ਹੈ 13ਵਾਂ ਗਵਰਨਰ ਹੈ 13ਵੇਂ ਗਵਰਨਰ ਦੇ ਆਉਂਦੇ ਦੇ ਉੱਪਰ ਇਹ ਕੰਮ ਕਰ ਰਿਹਾ ਹੈ ਵਰਤਮਾਨ ਸਮੇਂ ਜਿਹੜਾ ਕਿ ਚੀਨ ਦੀ ਪੀਪਲਸ ਬੈਂਕ ਆਫ ਚਾਈਨਾ ਦਾ ਜਿਹੜਾ ਹੈ ਓਕੇ ਪੀਪਲਸ ਪੀਪਲਸ ਬੈਂਕ ਆਫ ਚਾਈਨਾ ਸੋ ਇਸ ਦਾ ਜਿਹੜਾ ਹੈ ਗਵਰਨਰ ਦੇ ਆਉਂਦੇ ਦੇ ਉੱਪਰ ਕੰਮ ਕਰ ਰਿਹਾ ਹੈਗਾ ਪੀਪਲਸ ਬੈਂਕ ਆਫ ਚਾਈਨਾ ਜਿਹੜੀ ਹੈ ਇਹਦੀ ਸਥਾਪਨਾ ਕੀਤੀ ਗਈ ਹੈ 1 ਦਸੰਬਰ 1948 1 ਦਸੰਬਰ 1948 ਨੂੰ ਇਸ ਦੀ ਸਥਾਪਨਾ ਬਿੰਜਿੰਗ ਸ਼ਹਿਰ ਦੇ ਵਿੱਚ ਕੀਤੀ ਗਈ ਸੀਗੀ ਜੀ ਸੋ ਉਸ ਸਥਾਨ ਵਿਖੇ ਇਹਦਾ ਹੈੱਡ ਕੁਆਟਰ ਹੈਗਾਗਾ ਵਰਤਮਾਨ ਸਮੇਂ ਜਿਹੜਾ ਇਸ ਦਾ ਨਵਾਂ ਗਵਰਨਰ ਚੁਣਿਆ ਗਿਆ ਉਸ ਦਾ ਨਾਮ ਹੈ ਪੈਨ ਗੰਗੋਸ਼ਿੰਗ ਔਰ ਇਹੀ ਪੈਨ ਗੰਗੋਸ਼ਿੰਗ ਜਿਹੜਾ ਸੀਗਾ ਜੀ ਇਹ ਡਿਪਟੀ ਗਵਰਨਰ ਦੇ ਅਹੁਦੇ ਦੇ ਉੱਪਰ ਵੀ ਰਿਹਾ ਹੈ ਇਸੇ ਬੈਂਕ ਦੇ ਵਿੱਚ ਓਕੇ ਇਸੇ ਬੈਂਕ ਦੇ ਵਿੱਚ ਇਹ ਡਿਪਟੀ ਗਵਰਨਰ ਦੇ ਅਹੁਦੇ ਦੇ ਉੱਪਰ ਵੀ ਬਿਰਾਜਮਾਨ ਰਿਹਾ ਹੈਗਾਗਾ ਤਕਰੀਬਨ 2012 ਤੋਂ ਲੈ ਕੇ 23 ਤੱਕ 12 ਤੋਂ ਲੈ ਕੇ 23 ਤੱਕ ਡਿਪਟੀ ਗਵਰਨਰ ਦੇ ਆਉਂਦੇ ਦੇ ਉੱਪਰ ਵੀ ਬਰਾਜਮਾਨ ਰਿਹਾ ਹੈ ਕਿਉਂਕਿ ਪੈਨਕੰਗੋ ਉਸ਼ੇਕ ਨੈਕਸਟ ਹੈ ਆਰਬੀ ਐਕਟ 1934 ਦੀ ਦੂਜੀ ਅਨੁਸੂਚੀ ਦੇ ਵਿੱਚ ਕਿਸ ਬੈਂਕ ਨੂੰ ਸ਼ਾਮਲ ਕੀਤਾ ਗਿਆ ਜਾਂ ਕਰਦਾ ਹੈ ਸੋ ਨੌਂਗ ਹੈਪੀਓ ਬੈਂਕ ਜਿਹੜੀ ਹੈ ਸੋ ਉਸ ਨੂੰ ਜਿਹੜਾ ਹੈ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਗਗਾ ओके okay, so सो ਭਾਰਤੀ ਰਿਜ਼ਰਵ ਬੈਂਕ ਆਰਬੀਆਈ ਬੈਂਕ ਜਿਹੜੀ ਹੈ ਇਸ ਦੇ 1934 ਦੇ ਐਕਟ ਦੇ ਦਿਨ ਦੂਜੀ ਅਨੁਸੂਚੀ ਦੇ ਵਿੱਚ ਜਿਹੜੀ ਬੈਂਕ ਸ਼ਾਮਲ ਕੀਤੀ ਗਈ ਹੈ ਉਹਦਾ ਨਾਮ ਹੈ ਨੌਂਗ ਹੈਯੋਪ ਬੈਂਕ ਸੋ ਇਸ ਬੈਂਕ ਨੂੰ ਇਸ ਦੇ ਵਿੱਚ ਐਡ ਕੀਤਾ ਗਿਆ ਹੈਗਾ ਨੌਂਗ ਹੈਯੋਪ ਬੈਂਕ ਜਿਹੜੀ ਹੈ ਸਾਲ 2012 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀਗੀ ਓਕੇ ਜਿਹੜੀ ਕਿ ਸਾਊਥ ਕੋਰੀਆ ਦੀ ਇੱਕ ਬੈਂਕ ਹੈਗੀ ਹੈਗੀ ਓਕੇ ਜਿਸ ਦਾ ਹੈੱਡਕੁਆਟਰ ਜਿਹੜਾ ਹੈ ਜਿਸ ਦਾ ਹੈੱਡਕੁਆਟਰ ਯਾਂਗਕੂ ਯੰਗ ਗੂ ਓਕੇ ਸੋ ਇਸ ਦਾ ਹੈੱਡ ਕੁਆਟਰ ਹੈ ਜਿਹੜਾ ਕਿ ਸਾਊਥ ਕੋਰੀਆ ਦੇ ਵਿੱਚ ਸਥਿਤ ਹੈ ਸਾਊਥ ਕੋਰੀਆ ਦੀ ਇਹ ਇੱਕ ਬੈਂਕ ਹੈਗੀ ਹੈਗੀ ਸੋ ਇਸ ਨੂੰ ਜਿਹੜਾ ਹੈ ਆਰਬੀ ਐਕਟ 1934 ਦੇ ਅਧੀਨ ਦੂਜੀ ਅਨੁਸੂਚੀ ਦੇ ਅਧੀਨ ਰੱਖਿਆ ਗਿਆ ਹੈਗਾ ਓਕੇ ਸੋ ਇਹਦੇ ਓਵਨ ਜਾਨੀ ਮਾਲਕ ਦੀ ਗੱਲ ਕਰੀਏ ਤਾਂ ਇਸ ਦੇ ਅਧੀਨ ਜਿਹੜਾ ਮਾਲਕ ਆਉਂਦਾ ਹੈ ਸੋ ਉਸ ਦਾ ਨਾਮ ਹੈ ਜੀ ਐਨ اے ਸੀ ਐਫ ਸੋ ਇਸ ਸੰਸਥਾ ਦੇ ਅਧੀਨ ਇਸ ਬੈਂਕ ਨੂੰ ਚਲਾਇਆ ਜਾਂਦਾ ਹੈਗਾ ਜਿਸ ਦੀ ਫੁੱਲ ਫਾਰਮ ਹੋ ਜਾਂਦੀ ਹੈਗੀ ਹੈ ਜੀ ਨੈਸ਼ਨਲ ਨੈਸ਼ਨਲ ਐਗਰੀਕਲਚਰ ਨੈਸ਼ਨਲ ਐਗਰੀਕਲਚਰ ਕੋਆਪਰੇਸ਼ਨ ਫੈਡਰੇਸ਼ਨ ਕੋਆਪਰੇਸ਼ਨ ਫੈਡਰੇਸ਼ਨ ओके सो ਇਸ ਦੇ ਅਧੀਨ ਇਹ ਬੈਂਕ ਜਿਹੜੀ ਉਹ ਕੰਮ ਕਰਦੀ ਹੈ ਆਰਬੀ ਐਕਟ ਦੇ 1934 ਦੇ ਦੂਜੀ ਅਨੁਸੂਚੀ ਦੇ ਵਿੱਚ ਇਹ ਸ਼ਾਮਿਲ ਕੀਤੀ ਗਈ ਹੈ ਨੈਕਸਟ ਹੈ ਜੀ ਜੋ ਏਸ਼ੀਆ ਪਰਵਰਤਨ ਵਿੱਤ ਸਮੂਹ ਅਧਾਨ ਦੇ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਮੈਂਬਰ ਬਣਿਆ ਹੈ ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਸੋ ਇਹ ਪਹਿਲਾ ਭਾਰਤੀ ਇੱਕ ਮੈਂਬਰ ਬਣਿਆ ਹੈ ਜਿਹੜਾ ਕਿ ਏਸ਼ੀਆ ਦੇ ਪਰਵਰਤਨ ਵਿੱਤ ਸਮੂਹ ਅਧਾਨ ਦੇ ਵਿੱਚ ਸ਼ਾਮਿਲ ਹੋਇਆ ਹੈ ਕਗਾ ਓਕੇ ਸੋ ਇਸ ਦੀ ਜੇ ਕਪਾ ਸ਼ਾਰਟ ਫਾਰਮ ਦੀ ਗੱਲ ਕਰੀਏਗੀ ਤਾਂ ਵੀ पीएफसी ਦੇ ਨਾਮ ਨਾਲਸ ਨੂੰ ਜਾਣਿਆ ਜਾਂਦਾ ਹੈ ਜਾਨੀ ਕਿ ਪਾਵਰ ፋైనాన్స్ ਕਾਰਪੋਰੇਸ਼ਨ ਲਿਮਟਿਡ ਸੋ ਇਹ ਇੱਕ ਸੰਸਥਾ ਹੈਗੀ ਹੈਗੀ ਜਿਹਦੀ ਸਟੈਬਲਿਸ਼ਮੈਂਟ ਕੀਤੀ ਗਈ ਹੈਗੀ ਜੁਲਾਈ 1986 ਦੇ ਵਿੱਚ ਜੁਲਾਈ 1986 ਦੇ ਵਿੱਚ ਇਸ ਸੰਸਥਾ ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ ਜਿਸ ਦਾ ਮੁੱਖ ਦਫਤਰ ਨਿਊ ਦਿੱਲੀ ਦੇ ਵਿੱਚ ਹੈ ਇਸ ਸਥਾਨ ਵਿਖੇ ਜਿਹੜਾ ਹੈ ਇਸ ਨੂੰ ਸਿਲੈਕਟ ਕੀਤਾ ਹੈ ਔਰ ਜੇਕਰ ਇਸ ਦੇ ਆਪਾਂ ਸੈਕਟਰ ਦੀ ਗੱਲ ਕਰੀਏ ਤਾਂ ਇਹ ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਅੰਡਰ ਆਉਂਦਾ ਹੈਗਾ ਓਕੇ ਸੈਂਟਰਲ ਕੇਂਦਰੀ ਪਬਲਿਕ ਸੈਕਟਰ ਅੰਡਰਟੇਕਿੰਗ ਅੰਡਰਟੇਕਿੰਗ ਸੋ ਇਸ ਦੇ ਅਧੀਨ ਇਹ ਕੰਮ ਕਰਦਾ ਹੈਗਾ ਜੀ ਔਰ ਇਸ ਦਾ ਵਰਤਮਾਨ ਸਮੇਂ ਜਿਹੜਾ ਚੇਅਰਮੈਨ ਹੈਗਾ ਉਹ ਵੀ ਨੋਟ ਕਰ ਲਿਓ ਜੀ ਪੀ ਐਫਸੀ ਦਾ ਸੋ ਇਸ ਦਾ ਵਰਤਮਾਨ ਸਮੇਂ ਚੇਅਰਮੈਨ ਜੀ ਰਵਿੰਦਰ ਸਿੰਘ ਢਿੱਲੋ ਰਵਿੰਦਰ ਸਿੰਘ ਢਿੱਲੋ ਨੈਕਸਟ ਹੈ ਜੀ ਅਗਲਾ ਜਿਨ੍ਹਾਂ ਨੂੰ ਟਾਟਾ ਸਟੀਲ ਦੇ ਐਮ ਡੀ ਤੇ ਸੀਏ ਦੇ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ ਹੈ ਅਗਸਤ ਮਹੀਨੇ ਦੇ ਵਿੱਚ ਟੀ ਵੀ ਨਰਿੰਦਰਨ ਟੀ ਵੀ ਨਰਿੰਦਰਨ ਜਿਹੜਾ ਹੈ ਟਾਟਾ ਸਟੀਲ ਟਾਟਾ ਐਂਡ ਅਰਨ ਸਟੀਲ ਕੰਪਨੀ ਦੇ ਐਮ ਡੀ ਦੇ ਵਜੋਂ ਨਿਯੁਕਤ ਕੀਤੇ ਗਏ ਹੋਗੇ ਨੇ ਅਤੇ ਸੀਈਓ ਦੇ ਵਜੋਂ ਨਿਯੁਕਤ ਕੀਤੇ ਗਏਗੇ ਦੁਆਰਾ ਓਕੇ ਸੋ ਇੱਕ ਗੱਲ ਦੀ ਗੱਲ ਹੈ ਜੀ ਸੋ ਇਹ ਸੀਓ ਹੈਗੇ ਨੇ ਜੀ ਟਾਟਾ ਸਟੀਲ ਐਂਡ ਇੰਡਸਟਰੀ ਦੇ ਓਕੇ ਸੋ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੇ ਕਿ ਅਗੇ ਔਰ ਇਹ ਸੀਓ ਦੇ ਨਾਲ ਮੈਨੇਜਿੰਗ ਡਾਇਰੈਕਟਰ ਦੇ ਰੂਪ ਦੇ ਵਿੱਚ ਵੀ ਕੰਮ ਕਰਦੇ ਹੈਗੇ ਨੇ ਕਿ ਅਤੇ ਇਸ ਤੋਂ ਲੱਭ ਹੈ ਇਹ ਪ੍ਰੈਜ਼ੀਡੈਂਟ ਵੀ ਹੈਗੇ ਨੇਗੇ ਪ੍ਰੈਜ਼ੀਡੈਂਟ ਆਫ ਕਨਫੈਡਰੇਸ਼ਨ ਆਫ ਇੰਡੀਅਨ ਕਨਫੈਡਰੇਸ਼ਨ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਆਫ ਇੰਡੀਅਨ ਇੰਡਸਟਰੀ ਸੋ ਇਸ ਤੇ ਇਹ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਪਰ ਵੀ ਕੰਮ ਕਰ ਰਹੇ ਹੈਗੇ ਆਗੇ ਕਨਫੈਡਰੇਸ਼ਨ ਆਫ ਜੋ ਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਜਿਹੜੀ ਹੈ ਇਹ 1895 ਦੇ ਵਿੱਚ ਬਣਾਈ ਗਈ ਸੀਗੀ ਜੀ ਸੰਸਥਾ ਜਿਹਦਾ ਮੁੱਖ ਕੰਮ ਸੀ ਇੰਡਸਟਰੀ ਨੂੰ ਡਿਵੈਲਪ ਕਰਨਾ ਇਹਦਾ ਮੁੱਖ ਦਫਤਰ ਹੈ ਨਿਊ ਡੈਲੀ ਦੇ ਵਿੱਚ ਓਕੇ ਸੋ ਇਸ ਦੇ ਦਿਨ ਇਹ ਐਜ਼ ਅ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਵੀ ਕਰਦਾ ਹੈ ਉਸ ਤੋਂ ਇਲਾਵਾ ਟਾਟਾ ਸਟੀਲ ਦੇ ਕੰਪਨੀ ਦੇ ਇਹ ਐਮ ਡੀ ਵੀ ਅਤੇ ਸੀਓ ਦੇ ਤੌਰ ਦੇ ਉੱਪਰ ਵੀ ਕੰਮ ਕਰ ਰਹੇ ਹੈਗੇ ਨੀਗੇ ਨੈਕਸਟ ਹੈ ਜੀ 2023 ਓਪਨ ਗੋਲਫ ਚੈਂਪੀਅਨਸ਼ਿਪ ਦੇ ਵਿੱਚ ਭਾਰਤੀ ਗੋਲਫਰ ਦੁਆਰਾ ਹੁਣ ਤੱਕ ਸਭ ਤੋਂ ਵਧੀਆ ਨਤੀਜਾ ਦਾ ਰਿਕਾਰਡ ਕਿਸ ਨੇ ਬਣਾਇਆ ਹੈ ਗਗਾ ਸੋ ਸਭ ਤੋਂ ਬੈਸਟ ਜੇ ਕਰਨ ਦੀ ਜੇ ਜੇਕਰ 2030 ਦੀ ਚੈਂਪੀਅਨਸ਼ਿਪ ਦੇ ਵਿੱਚ 골ਫ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹ ਬਣਾਇਆ ਹੈਗਾ ਜੀ ਸ਼ੁਭਕੰਪਰ ਸ਼ੁਮਕਰ ਸ਼ਰਮਾ ਨੇ ਓਕੇ ਸੁਸ਼ਮਕਰ ਜਿਹੜੇ ਹੈਗੇ ਨੇ ਜੀ ਇਹ 골ਫ ਦੇ ਨਾਲ ਸੰਬੰਧਿਤ ਹੈਗੇ ਨੇ ਇਹਨਾਂ ਦਾ ਸਭ ਤੋਂ ਵਧੀਆ ਜਿਹੜੀ ਇੱਥੇ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈਗੀ ਹੈਗੀ ਓਕੇ ਇੰਡੀਅਨ ਹੈ ਕਿਨੇ ਕੇ ਸੋ ਓਪਨ 골ਫ ਚੈਂਪੀਅਨਸ਼ਿਪ 2023 ਦੇ ਵਿੱਚ ਹੋਈ ਹੈਗੀ ਹੈਗੀ ਓਪਨ 골ਫ ਚੈਂਪੀਅਨਸ਼ਿਪ ਚੈਂਪੀਅਨਸ਼ਿਪ 2023 ओके सो ਇਹ ਹੋਈਆਂ ਕਦੋਂ ਨੇ ਜੀ 20 ਜੁਲਾਈ ਤੋਂ ਲੈ ਕੇ 23 ਜੁਲਾਈ 20 ਜੁਲਾਈ ਤੋਂ ਲੈ ਕੇ 23 ਜੁਲਾਈ 2023 ਤੱਕ ਇਹ ਖੇਡਾਂ ਹੋਈਆਂ ਸੀਗੀਆਂ ਇਹਨਾਂ ਦਾ ਜਿਹੜਾ ਸਥਾਨ ਰਿਹਾ ਸੀਗਾ ਜੀ ਉਹ ਰਾਇਲ ਰਿਵਲਪੁਰ ਰਾਇਲ ਰਿਵਲਪੁਰ ਗੋਲਫ ਕਲੱਬ ਦੇ ਵੱਲੋਂ ਇਸ ਨੂੰ ਜਿਹੜਾ ਹੈ ਕਰਵਾਇਆ ਗਿਆ ਸੀਗਾ ਗੋਲਫ ਕਲੱਬ ਦੇ ਵੱਲੋਂ ਕਰਵਾਇਆ ਗਿਆ ਸੀਗਾ ਓਕੇ ਔਰ ਇਹ ਗੇਮਸ ਜਿਹੜੀਆਂ ਹੋਈਆਂ ਨੇ ਇੰਗਲੈਂਡ ਦੇ ਵਿੱਚ ਹੋਈਆਂ ਨੇ ਗਿਆ ਸੋ ਇਸ ਸਥਾਨ ਵਿਖੇ ਸਾਰੀਆਂ ਗੇਮਸ ਕਿੱਡੀਆਂ ਕਿੱਆਂ ਸੀ ਗਿਆ ਓਕੇ ਔਰ ਸ਼ੁਮ ਸ਼ੁਮਕਰ ਜਿਹੜਾ ਸ਼ਰਮਾ ਹੈ ਜੀ 88 ਦੇ ਵਿੱਚ ਆਉਂਦਾ ਹੈ 8 ਦੇ ਵਿੱਚ ਆਉਂਦਾ ਹੈ 2023 ਦੇ ਵਿੱਚ ਔਰ ਜੇਕਰ ਇਹਦੀ ਆਪਾਂ ਗੱਲ ਕਰੀਏ ਤਾਂ ਇਹ ਚਾਂਸੀ ਦਾ ਨਿਵਾਸੀ ਹੈਗਾਗਾ ਚਾਂਸੀ ਦੇ ਖੇਤਰ ਦਾ ਨਿਵਾਸੀ ਹੈਗਾਗਾ ਸ਼ੁਮਕਰ ਸ਼ਰਮਾ ਓਕੇ ਔਰ ਗੋਲਫ ਦਾ ਇੱਕ ਖਿਡਾਰੀ ਹੈਗਾਗਾ ਨੈਕਸਟ ਹੈ ਜੀ ਉੱਤਰ ਪ੍ਰਦੇਸ਼ ਸਰਕਾਰ ਨੇ ਆਗਰਾ ਦੇ ਜਾਮਾ ਮਸਜਿਦ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ਰੱਖਿਆ ਹੈ 2023 ਦੇ ਵਿੱਚ ਮਾਨ ਮੰਨ ਕਮੇਸ਼ਵਰ ਮੰਦਰ ਸਟੇਸ਼ਨ ਸੋ ਆਗਰਾ ਦੇ ਜਾਮਾ ਮਸਜਿਦ ਮੈਟਰੋ ਸਟੇਸ਼ਨ ਦਾ ਇਹਨਾਂ ਨੇ ਨਾਮ ਚੇਂਜ ਕਰਕੇ ਜਿਹੜਾ ਹੈਗਾਗਾ ਮਨਿਕੇਸ਼ਵਰ ਜਿਹੜਾ ਹੈ ਮੰਦਰ ਸਟੇਸ਼ਨ ਰੱਖ ਦਿੱਤਾ ਹੈ ਕਿਉਂਕਿ ਇਸ ਮੰਦਰ ਦੇ ਆਧਾਰ ਦੇ ਉੱਪਰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਸੋਚਿਆ ਹੈ ਕਿ ਜਾਮਾ ਮਸਜਿਦ ਦੀ ਜਗ੍ਹਾ ਤੇ ਹਿੰਦੂ ਧਰਮ ਦੇ ਦਾਰ ਦੇ ਉੱਪਰ ਦਾ ਨਾਮ ਹੋਣਾ ਚਾਹੀਦਾ ਇਸ ਕਰਕੇ ਇਹਨਾਂ ਨੇ ਨਾਮ ਚੇਂਜ ਕਰ ਦਿੱਤਾ ਹੈ ਠੀਕ ਹੈ ਸੋ ਜੋਗੀ ਦਿੱਤਿਆ ਨਾਟ ਜਿਹੜੇ ਹੈ ਉੱਤਰ ਪ੍ਰਦੇਸ਼ ਦੇ ਸੀਐਮ ਹੈਗੇ ਸੋ ਉਹਨਾਂ ਦੇ ਦੁਆਰਾ ਇਹ ਨਾਮ ਚੇਂਜ ਕੀਤਾ ਗਿਆ ਹੈ ਨੈਕਸਟ ਹੈ ਜੀ ਪ੍ਰਧਾਨ ਮੰਤਰੀ ਮੋਦੀ ਨੇ ਕੇਸ਼ਵ ਦੇਸ਼ ਦੇ ਰਾਸ਼ਟਰਪਤੀ ਨੂੰ 13ਵੀਂ ਸੋਧ ਲਾਗੂ ਕਰਨ ਦੀ ਅਪੀਲ ਕੀਤੀ ਹੈ। ਓਕੇ ਅਪੀਲ ਕੀਤੀ ਹੈ ਸੌਰੀ ਬਾਈ ਮਿਸਟੇਕ ਇੱਥੇ ਇਸ ਤਰ੍ਹਾਂ ਹੋ ਗਿਆ ਸੋ ਇਹ ਅਪੀਲ ਕੀਤੀ ਗਈ ਹੈ ਜੀ ਸ਼੍ਰੀਲੰਕਾ ਨੂੰ ਓਕੇ ਸੋ ਸ਼੍ਰੀਲੰਕਾ ਨੂੰ ਜਿਹੜਾ ਹੈ 13ਵੀਂ ਸੋਧ ਜਿਹੜੀ ਹੈ ਉਹ ਲਾਗੂ ਕਰਨ ਦੀ ਜਿਹੜੀ ਅਪੀਲ ਕੀਤੀ ਗਈ ਹੈ ਜੋ ਕਿ ਸਾਲ 1978 ਦੇ ਵਿੱਚ ਪਹਿਲਾਂ ਜਿਹੜਾ ਹੈ ਇੱਕ ਸਮਝੌਤਾ ਵੀ ਹੋਇਆ ਸੀ ਸ਼੍ਰੀਲੰਕਾ ਦੇ ਵਿਚਕਾਰ ਸੋ ਉਸੇ ਸਮਝੌਤੇ ਦੇ ਅਧਿਨ ਨਹੀਂ ਸਾਰਾ ਕੁਝ ਚੱਲ ਰਿਹਾ ਹੈਗਾ ਸੋ ਉਸ ਨੂੰ ਲੈ ਕੇ ਹੁਣ ਦੁਬਾਰਾ ਤੋਂ ਪ੍ਰਿੰਦਰ ਮੋਦੀ ਨੇ 13ਵੀਂ ਸੋਧ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈਗੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਓਕੇ ਸ਼੍ਰੀਲੰਕਾ ਦਾ ਰਾਸ਼ਟਰਪਤੀ ਵਰਤਮਾਨ ਸਮੇਂ ਹੈ ਜੀ ਰੈਨਿਲ रैनिल विक्रम सिंह ओके रैनिल विक्रम सिंह जोड़ा वर्तमान समय श्रीलंका का प्रेजिडेंट है जी राष्ट्रपति है सो इस जो है इन्होंने अपील की है नरेंद्र मोदी जी ने नैक्सट है कि टीम ए मेंस मैनस एमरजें एमरजिंग टीम्स एशिया कप दो हज़ार तेई जीतती है पाकिस्तान ए टीम सो ACC ਮੀਨਸ ਅਮਰਜਿੰਗ ਟੀਮ ਜਿਹੜੀ ਹੈ ਏਸ਼ੀਆ ਕੱਪ 2023 ਦੇ ਵਿੱਚ ਜਿੱਤਣ ਵਾਲੀ ਜਿਹੜੀ ਹੈ ਉਹ ਪਾਕਿਸਤਾਨ ਟੀਮ ਏ ਹੈਗੀ ਹੈਗੀ ਸੋ ਇਸ ਦੇ ਵਿੱਚ ਜੇਤੂ ਰਹੀ ਹੈਗੀ ਹੈਗੀ ਆ ਏਸ਼ੀਅਨ ਕੱਪ ਜਿਹੜਾ ਹੈ ACC ਮੀਨਸ ਵਾਲਾ ਇਹ 2023 ਦੇ ਵਿੱਚ ਹੋਇਆ ਸੀਗਾ ਓਕੇ ਸੋ ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਹੈਗੀ 2023 ਦੇ ਏਸ਼ੀਆ ਕੱਪ ਦੀ ਏਸ਼ੀਆ ਕੱਪ ਸ਼ੁਰੂ ਹੁੰਦਾ ਹੈਗਾਗਾ 13 ਜੁਲਾਈ ਤੋਂ ਲੈ ਕੇ 23 ਜੁਲਾਈ 2023 ਤੱਕ ਠੀਕ ਹੈ ਸੋ ਇਸ ਦਿਨ ਤੱਕ ਇਹ ਹੁੰਦਾ ਹੈਗਾਗਾ ਔਰ ਇਹਨਾਂ ਗੇਮਾਂ ਨੂੰ ਹੋਸਟ ਕੀਤਾ ਗਿਆ ਸੀਗਾ ਜੀ ਸ਼੍ਰੀਲੰਕਾ ਦੇ ਦੁਬਾਰਾ ਸ਼੍ਰੀਲੰਕਾ ਨੇ ਇਹਨਾਂ ਗੇਮਸ ਨੂੰ ਹੋਸਟ ਕੀਤਾ ਸੀ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਸਿੰਪਲ ਲਿਖਿਆ ਪਿਆ ਸ਼੍ਰੀਲੰਕਾ 2023 ਉਹਦੇ ਵਿੱਚ ਇਹਦਾ ਨਾਮ ਸਪੈਸ਼ਲੀ ਐਡ ਕੀਤਾ ਹੈ ਕਿਉਂਕਿ ਇਹਨਾਂ ਨੇ ਅਸੀਂ ਇਸ ਨੂੰ ਜਿਹੜਾ ਹੈ ਹੋਸਟ ਕੀਤਾ ਹੈ ਪ੍ਰਬੰਧ ਕੀਤਾ ਹੈ ਇਸ ਦਾ ਪੂਰਾ ਦਾ ਪੂਰਾ ਇਹਨਾਂ ਗੇਮਸ ਦਾ ਓਕੇ ਇਹਨਾਂ ਗੇਮਸ ਦੇ ਵਿੱਚ ਜਿਹੜਾ ਚੈਂਪੀਅਨ ਟੀਮ ਰਹੀ ਹੈਗੀ ਜੀ cricket ਦੇ ਨਾਲ ਸੰਬੰਧ ਹੈ ਐ ਸਪੈਸ਼ਲੀ ਤੁਹਾਨੂੰ ਦੱਸ ਦੇਵਾਂ ਮੈਂ ਚੈਂਪੀਅਨ ਰਿਹਾ ਹੈ ਪਾਕਿਸਤਾਨ ਏ ਟੀਮ ਸੈਕੰਡ ਟਾਈਮ ਬਣਿਆ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹ ਜਿੱਤਿਆ ਹੈਗਾਗਾ ਰਨਰ ਅਪਰ ਦੇ ਵਿੱਚ ਆਉਂਦਾ ਹੈ ਜੀ ਨਾਮ ਰਨਰ ਅਪ ਦੇ ਵਿੱਚ ਆਉਂਦਾ ਹੈ ਇੰਡੀਆ ਦੀ ਏ ਟੀਮ ਦਾ ਓਕੇ ਔਰ ਇਹਨਾਂ ਦੇ ਵਿੱਚ 2023 ਦੀ এਸ਼ੀਆ ਕੱਪ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪਲੇਅਰ ਆਫ ਸਿਰਜ ਮਿਲੀ ਹੈ ਪਲੇਅਰ ਆਫ ਸੀਰੀਜ਼ ਸੀਰੀਜ਼ ਦਾ ਜਿਹੜਾ ਹੈ ਬੈਸਟ ਪਲੇਅਰ ਕਿਹੜਾ ਰਿਹਾ ਹੈ ਜੀ ਸੋ ਇਹ ਰਿਹਾ ਹੈ ਨਿਸ਼ਾਂਤ ਸੰਧੂ ਨਿਸ਼ਾਂਤ ਸੰਧੂ ਨਿਸ਼ਾਂਤ ਸੰਧੂ ਜਿਹੜਾ ਹੈ ਬੋਲਰ ਦੇ ਤੌਰ ਦੇ ਉੱਪਰ ਕੰਮ ਕਰਦਾ ਹੈ ਤੇ ਇੰਡੀਆ ਦਾ ਜਿਹੜਾ ਇਹ ਪਲੇਅਰ ਹੈ ক্রিকেট ਦਾ ਓਕੇ ਇਹਦੇ ਵਿੱਚੋਂ ਅੱਗੇ ਮੋਸਟ ਰਨਰ ਰਿਹਾ ਹੈਗਾ ਸਭ ਤੋਂ ਜ਼ਿਆਦਾ ਰਨ ਜਿਹੜੇ ਬਣਾਏ ਗਏ ਹੈਗੇ ਅੱਗੇ ਏਸ਼ੀਆ ਕੱਪ 2023 ਦੇ ਵਿੱਚ ਸੋ ਉਹਦਾ ਨਾਮ ਹੈ ਜੀ ਅਵਿਸ਼ੇਕ ਫਰਨਾਡਾ ਅਭਿਸ਼ਕਾ ਫਰਨਾਡੇ ਸੋ ਇਸ ਨੇ ਸਭ ਤੋਂ ਵੱਧ ਰਨ ਬਣਾਏ ਸੀਗੇ ਜੀ ਇਸ ਸੀਰੀਜ਼ ਦੇ ਵਿੱਚ 255 ਰਨ ਬਣਾਏ ਸੀਗੇ ਔਰ ਇਹ ਸ਼੍ਰੀਲੰਕਾ ਦਾ ਹੈ ਕਾਕਾ ਇਹ ਸ਼੍ਰੀਲੰਕਾ ਤੋਂ ਹੈ ਓਕੇ ਤੀਸਰੀ ਜੇਕਰ ਆਪਾਂ ਗੱਲ ਕਰੀਏ ਤਾਂ ਸੀਰੀਜ਼ ਦੇ ਵਿੱਚ ਨਾਮ ਆਉਂਦਾ ਹੈ ਜੀ ਮੋਸਟ ਵਿਕਟ ਹਾਸਲ ਕਰਨ ਵਾਲਾ ਸਭ ਤੋਂ ਜ਼ਿਆਦਾ ਜਿਹੜੀਆਂ ਨੇ ਵਿਕਟਸ ਹਾਸਲ ਕਰਨ ਵਾਲਾ ਪਲੇਅਰ ਕਿਹੜਾ ਹੈ ਇਹਨਾਂ ਦੇ ਵਿੱਚੋਂ ਸੋ ਇਹ ਵੀ ਨਿਸ਼ਾਂਤ ਸੰਧੂਹੀ ਹੈਗਾ ਜੋ ਕਿ ਇੰਡੀਆ ਦਾ ਪਲੇਅਰ ਹੈ ਨਿਸ਼ਾਂਤ ਸੰਧੂ ਜਿਸ ਨੇ ਕਿ ਇਸ ਸੀਰੀਜ਼ ਦੇ ਵਿੱਚ 11 ਵਿਕਟਾਂ ਜਿਹੜੀਆਂ ਨੇ ਉਹਨਾਂ ਨੂੰ ਹਾਸਲ ਕੀਤਾ ਸੀਗਾ ਨੈਕਸਟ ਹੈ ਜੀ ਕਿਹੜਾ ਭਾਰਤੀ ਰਾਜ ਕਰਮਚਾਰੀ ਨੂੰ 1 ਸਾਲ ਦੀ ਜਨੇਪਾ ਛੁੱਟੀ ਅਤੇ 1 ਮਹੀਨੇ ਦੀ ਜਨੇਪਾ ਛੁੱਟੀ ਦੇਣ ਦੀ ਯੋਜਨਾ ਬਣਾ ਰਿਹਾ ਹੈ ਕਾਕਾ ਸੋ ਇਹ ਰਾਜ ਹੈ ਜੀ ਭਾਰ ਦਾ ਸਿਕਮ ਰਾਜ ਸੋ ਸਿਕਮ ਰਾਜ ਦੇ ਵਿੱਚ ਇਹ ਸਿਸਟਮ ਚੱਲ ਰਿਹਾ ਹੈ ਕਿ 1 ਸਾਲ ਦੀ ਜਨੇਪਾ ਛੁੱਟੀ ਕਰਮਚਾਰੀ ਨੂੰ ਅਤੇ 1 ਮਹੀਨੇ ਦੀ ਜਨੇਪਾ ਛੁੱਟੀ ਦੇਣ ਦੀ ਯੋਜਨਾ ਚੱਲ ਰਹੀ ਹੈਗੀ ਅਗੇ ਦੇ ਵਿੱਚ ਠੀਕ ਹੈ ਕਿ ਕਿਹੜੀ ਇਹਨਾਂ ਦੇ ਵਿੱਚੋਂ ਪ੍ਰਫੁੱਲਤ ਰਹੇਗੀ ਨੈਕਸਟ ਹੈ ਅਮਰੀਕਾ ਦੇ ਨਾਲ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਦਵੱਲੇ ਫੌਜੀ ਅਭਿਆਸ ਦਾ ਨਾਮ ਕੀ ਹੈ ਸੋ ਇਹਦਾ ਨਾਮ ਹੈ ਜੀ ਟਾਲਿਸਮੈਨ ਸਬਰੇ ਸੋ ਇਹ ਇੱਕ ਐਕਸਰਸਾਈਜ਼ ਹੈ ਜਿਹੜੀ ਕਿ ਅਮਰੀਕਾ ਤੇ ਆਸਟ੍ਰੇਲੀਆ ਦੇ ਵਿਚਕਾਰ ਹੋਣੀ ਹੈਗੀ ਹੈਗੀ ਦੋ ਪ੍ਰਮੁੱਖ ਦੇਸ਼ ਨੇ ਯੂ ਐਸ ਏ ਐਂਡ ਆਸਟ੍ਰੇਲੀਆ ਆਸਟ੍ਰੇਲੀਆ ਬਟ ਇਹਦੇ ਨਾਲ ਹੀ ਕੁਝ ਹੋਰ ਕੰਟਰੀਆਂ ਵੀ ਜਿਹੜੀਆਂ ਨੇ ਇਹਦੇ ਵਿੱਚੋਂ ਪਾਰਟਿਸਿਪੇਟ ਕਰ ਰਹੀਆਂ ਨੇ ਜਿਵੇਂ ਕਿ ਕੈਨੇਡਾ ਕੈਨੇਡਾ ਦਾ ਵੀ ਯੋਗਦਾਨ ਹੈ ਫਿਜੀ ਫਰਾਂਸ ਜਰਮਨੀ ਇੰਡੋਨੇਸ਼ੀਆ ਇੰਡੋਨੇਸ਼ੀਆ ਜਪਾਨ ਨਿਊਜ਼ੀਲੈਂਡ ਨਿਊਜ਼ੀਲੈਂਡ ਅਤੇ ਸਾਊਥ ਕੋਰੀਆ ਅਤੇ ਸਾਊਥ ਕੋਰੀਆ ਇਹ ਕੰਟਰੀਆਂ ਹੋਰ ਜਿਹੜੀਆਂ ਦੇ ਵਿੱਚ ਪਾਰਟਿਸਪੇਟ ਕਰਾਂ ਪਰ ਦੋ ਕੰਟਰੀਆਂ ਪ੍ਰਮੁੱਖ ਨੇ ਯੂਐਸਏ ਤੇ ਆਸਟ੍ਰੇਲੀਆ ਓਕੇ ਨੈਕਸਟ ਹੈ ਜੀ 2 ਅਗਸਤ ਸੋ 2 ਅਗਸਤ ਨੂੰ ਕੁਝ ਪ੍ਰਮੁੱਖ ਘਟਨਾਵਾਂ ਇਹਦੇ ਵਿੱਚੋਂ ਸਭ ਤੋਂ ਪਹਿਲਾ ਹੈ ਜੀ 27 ਪ੍ਰਤੀ ਰਿਪੋਰਟਾਂ ਦੇ ਰੂਪ ਦੇ ਵਿੱਚ ਕਿਹੜਾ ਸੁਪਰਮਾਸਿਵ ਬਲੈਕ ਹੋਲ ਉੱਚ ਊਰਜਾ ਕਣ ਜੈਟ ਨੂੰ ਧਰਤੀ ਦੇ ਵੱਲ ਫਿਕਸ ਕਰ ਰਿਹਾ ਹੈਗਾਗਾ ओके सुपर मैसिव ब्लैक होल ਇੱਕ ਜਿਹੜਾ ਕਿ ਊਰਜਾ ਦੇ ਕਣਾਂ ਨੂੰ ਧਰਤੀ ਦੇ ਵੱਲ ਫਾਰਵਰਡ ਕਰ ਰਿਹਾ ਹੈ ਮਤਲਬ ਫਿਕਸ ਕਰ ਰਿਹਾ ਹੈ ਬੜੀ ਤੇਜ਼ੀ ਦੇ ਨਾਲ ਸੋ ਇਹ ਕਿਹੜਾ ਹੈ ਜੀ ਸੋ ਇਹਦਾ ਨਾਮ ਹੈ मार्ਕਨ 421 ਸੋ ਇਹ ਇੱਕ ਗੈਲੈਕਸੀ ਹੈਗੀ ਹੈਗੀ ਸੋ ਇਸ ਗੈਲੈਕਸੀ ਦੇ ਥਰੂ ਜਿਹੜਾ ਹੈ ਇੱਕ ਬਲੈਕ ਹੋਲ ਬਣਿਆ ਹੋਇਆ ਹੈ ਸੋ ਉਹ ਧਰਤੀ ਦੇ ਵੱਲ ਜਿਹੜਾ ਹੈ ਊਰਜਾ ਦੇ ਕਣਾਂ ਨੂੰ ਜੈਟ ਕਣਾਂ ਨੂੰ ਜਿਹੜਾ ਹੈ ਫਾਰਵਰਡ ਕਰ ਰਿਹਾ ਹੈ ਫਿਕਸ ਕਰ ਰਿਹਾ ਹੈ ਧਰਤੀ ਦੇ ਵੱਲ ਅਰਥ ਦੇ ਵੱਲ ਓਕੇ ਅਗਰ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਆ ਦੇਖ ਸਕਦੇ ਹੋ ਪਿਕਚਰ ਦੇ ਵਿੱਚ ਬਣਿਆ ਹੋਇਆ ਹੈਗਾਗਾ ਓਕੇ ਗੈਲੈਕਸੀ ਹੈਗੀ ਹੈ ਕਿ ਇਹ ਨੈਕਸਟ ਹੈ ਜੀ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਦੇ ਵਜੋਂ ਸੌਂ ਕਿਸ ਨੇ ਚੁੱਕੀ ਹੈਗੀ ਹੈਗੀ ਜਸਟਿਸ ਧੀਰਜ ਸਿੰਘ ਠਾਕੁਰ ਨੇ ਤੋ 2023 ਦੇ ਵਿੱਚ ਜਿਹੜਾ ਹੈ ਇਸ ਨੇ ਸੌਂ ਚੁੱਕੀ ਹੈਗੀ ਅੱਗੀ ਜੀ ਹੁਣ ਵਰਤਮਾਨ ਸਮੇਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਮੁੱਖ ਜੱਜ ਜਿਹੜਾ ਹੈ ਉਹ ਜਸਟਿਸ ਧੀਰਜ ਸਿੰਘ ਠਾਕੁਰ ਹੈਗਾ ਆਂਧਰਾ ਪ੍ਰਦੇਸ਼ ਹਾਈ ਕੋਰਟ ਜਿਹੜੀ ਹੈ ਆਂਧਰਾ ਪ੍ਰਦੇਸ਼ ਹਾਈ ਕੋਰਟ ਜਿਹੜੀ ਹੈ ਇਹ ਬਣੀ ਹੈਗੀ ਹੈਗੀ 1 ਜਨਵਰੀ 2019 ਨੂੰ ਦੁਬਾਰੇ ਫਾਰਮੇਸ਼ਨ ਜਿਹੜੀ ਦੀ ਕੀਤੀ ਹੈਗੀ ਹੈਗੀ 1 ਜਨਵਰੀ 2019 ਨੂੰ ਜਿਹੜੀ ਫਾਰਮੇਸ਼ਨ ਕੀਤੀ ਗਈ ਹੈ ਜਿਹੜੀ ਕਿ ਅਮਰਾਬਤੀ ਖੇਤਰ ਦੇ ਵਿੱਚ ਸਥਿਤ ਹੈ ਅਮਰਾਬਤੀ ਖੇਤਰ ਦੇ ਵਿੱਚ ਸਥਿਤ ਹੈਗੀ ਹੈਗੀ ਆਂਧਰਾ ਪ੍ਰਦੇਸ਼ ਦੇ ਵਿੱਚ ਓਕੇ ਔਰ ਇਹਦੇ ਜੱਜਾਂ ਦੀ ਗੱਲ ਕਰੀਏ ਤਾਂ ਟੋਟਲ ਜੱਜਸ ਜਿਹੜੇ ਹੈਗੇ ਨੇਗੇ ਉਹਨਾਂ ਦੀ ਗਿਣਤੀ ਇੱਥੇ 37 ਹੈਗੀ ਹੈਗੀ ओके टोटल 37 ਹੈਗੇ ਨੇਗੇ ਬਟ ਉਹਨਾਂ ਦੇ ਵਿੱਚੋਂ ਵਰਤਮਾਨ ਸਮੇਂ ਜਿਹੜੇ ਸੈਂਤਿਆਂ ਦੇ ਵਿੱਚੋਂ ਪੋਸਟਾਂ ਫਿਲ ਹੋਈਆਂ ਹੋਈਆਂ ਨੇ ਉਹਨਾਂ ਦੀ ਸੰਖਿਆ ਹੈ ਕਿ ਹੈਗੀ 28 ਮੀਂਜ ਕੇ ਵਰਤਮਾਨ ਸਮੇਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਵਿੱਚ 28 ਜੱਜ 28 ਜੱਜ ਜਿਹੜੇ ਆ ਉਹ ਕੰਮ ਕਰ ਰਹੇ ਹੈਗੇ ਨੇਗੇ ਔਰ ਚੀਫ ਜਸਟਿਸ ਆਫ ਆਂਧਰਾ ਪ੍ਰਦੇਸ਼ ਸੋ ਇਹਦਾ ਜਸਟਿਸ ਵਰਤਮਾਨ ਸਮੇਂ ਜਿਹੜਾ ਹੈ ਧੀਰਜ ਸਿੰਘ ਠਾਕੁਰ ਹੈਗੇ ਨੇ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਧੀਰਜ ਸਿੰਘ ਠਾਕੁਰ ओके okay. so, सो ये वर्तमान समय चीफ जस्टिस ਹੈਗੇ ਨੇ ਜੀ ਜੋ ਕਿ ਆਂਧਰਾ ਪ੍ਰਦੇਸ਼ ਦੇ ਹੈਗੇ ਇੱਕ ਰਣ ਦੇ ਫਿਰ ਦੇ ਚ ਆ ਜਾਣਗੇ ਨੈਕਸਟ ਹੈ ਜੀ ਬੰਬੇ ਹਾਈ ਕੋਰਟ ਬੰਬੇ ਹਾਈ ਕੋਰਟ ਦੇ चीफ जस्टिस ਦੇ ਵਜੋ ਸੌਂ ਚੁੱਕੀ ਹੈਗੀ ਹੈਗੀ ਜਸਟਿਸ ਦਵਿੰਦਰ ਕੁਮਾਰ ਉਪਾਧਿਆਨੇ ਸੋ ਇਹ ਵਰਤਮਾਨ ਸਮੇ ਬੰਬੇ ਹਾਈ ਕੋਰਟ ਦੇ ਵਿੱਚ ਨਵੇਂ चीफ जस्टिस ਬਣੇ ਹੈਗੇ ਨੇਗੇ ओके ਸੋ ਬੰਬੇ ਹਾਈ ਕੋਰਟ ਜਿਹੜੀ ਹੈ ਪੁਰਾਣੀਆਂ ਹਾਈ ਕੋਰਟਸ ਦੇ ਵਿੱਚ ਆਉਂਦੀ ਹੈਗੀ ਹੈਗੀ ਬੰਬੇ ਹਾਈ ਕੋਰਟਸ ਇਹਦੀ ਸਥਾਪਨਾ ਹੋਈ ਸੀਗੀ 14 ਅਗਸਤ 1462 ओके सो ਪਹਿਲੀਆਂ ਅਦਾਲਤਾਂਾਂ ਦੇ ਵਿੱਚੋਂ ਇੱਕ ਹੈਗੀ ਅੱਗੇ ਬੰਬੇ ਹਾਈ ਕੋਰਟ ਦੇ ਅਧੀਨ ਜਿਹੜੇ ਹੈ ਚਾਰ ਰਾਜ ਆਉਂਦੇ ਹੈ ਗਿਣਨੇਗੇ ਜਿਦੇ ਵਿੱਚੋਂ ਇੱਕ ਤਾਂ ਮਹਾਰਾਸ਼ਟਰ ਹੋ ਜਾਂਦਾ ਹੈ ਦੂਸਰਾ ਗੋਆ ਤੀਸਰਾ ਦਾਦਰਾ ਨਗਰ ਹਵੇਲੀ ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦਿਉ ਯਾਨੀ ਕਿ ਇੱਕ ਜੁਨੀਅਨ ਟੈਰੀਟਰੀ ਹੈ ਤੇ ਦੋ ਰਾਜ ਹੋ ਜਾਂਦੇ ਹੈ ਕਿਹ ਕਿਹ ਦਮਨ ਐਂਡ ਦਿਉ ਇਨਾ ਸਾਰਿਆਂ ਦੀ ਸਾਂਝੀ ਹੈਗੀ ਹੈ ਜੀ ਬੰਬੇ ਹਾਈ ਕੋਰਟ ਓਕੇ ਬੰਬੇ ਹਾਈ ਕੋਰਟ ਦੇ ਵਿੱਚ ਜੱਜਸ ਦੀ ਟੋਟਲ ਸੰਖਿਆ ਦੀ ਗੱਲ ਕਰੀ ਕਿ ਤਾਂ ਬੰਬੇ ਵਾਲੀ ਕੋਰਟ ਦੇ ਵਿੱਚ ਜੱਜਸ ਦੀ ਗਿਣਤੀ ਹੈਗੀਗੀ 94 ਜਿਨ੍ਹਾਂ ਦੇ ਵਿੱਚੋਂ ਕਰੰਟ ਦੇ ਵਿੱਚ ਜਿਹੜੇ ਜੱਜ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੀ ਸੰਖਿਆ ਹੈਗੀ ਹੈਗੀ 64 64 ਜੱਜਸ ਦੇ ਵਿੱਚ ਕੰਮ ਕਰ ਰਹੇ ਹੈਗੇ ਠੀਕ ਹੈ 64 ਇਹਨਾਂ ਦੇ ਵਿੱਚੋਂ ਪ੍ਰੈਜ਼ੈਂਟ ਚੀਫ ਜਸਟਿਸ ਹੈ ਪ੍ਰੈਜ਼ੈਂਟ ਚੀਫ ਜਸਟਿਸ ਆਫ ਬੰਬੇ ਹਾਈ ਕੋਰਟ ਸੋ ਇਹਦਾ ਨਾਮ ਹੈ ਜੀ ਦਵਿੰਦਰ ਕੁਮਾਰ ਉਪਾਦੇ ਉੱਪਰ ਲਿਖ ਚੁੱਕੇ ਹੋਗੇਗੇ ਦਵਿੰਦਰ ਕੁਮਾਰ ਉਪਾਦਿਆ 46 ਜੱਜ ਹੈਗੇ ਨੇ ਜੀ ਇਹ ਚੀਫ ਜਸਟਿਸ ਹੈਗੇ ਨੇਗੇ ਬੰਬੇ ਹਾਈ ਕੋਰਟ ਦੇ ਨੈਕਸਟ ਹੈ ਏਸ਼ੀਅਨ ਪੇਂਟਸ ਬੋਰਡ ਦੇ ਚੇਅਰਮੈਨ ਵਜੋਂ ਦੇ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਆ ਸ਼ਿਸ਼ਾ ਜਸੀ ਸੋ ਏਸ਼ੀਅਨ ਪੇਂਟਸ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ ਆਰ ਸ਼ਿਸ਼ਾ ਸ਼ਾਜੀ ਨੂੰ ਜਿਹੜਾ ਹੈ ਨਿਯੁਕਤ ਕੀਤਾ ਗਿਆ ਹੈ 2023 ਦੇ ਵਿੱਚ ਵਰਤਮਾਨ ਸਮੇਂ ਏਸ਼ੀਅਨ ਪੇਂਟਸ ਬੋਰਡ ਦੇ ਇਹ ਚੇਅਰਮੈਨ ਕੰਮ ਕਰ ਰਹੇ ਹੈ ਕਿਨੇ ਤੇ ਨੈਕਸਟ ਹੈ ਜੀ ਕੇਂਦਰ ਦੀ ਪੁਨਿਆਦ ਦੀ ਸਾਖਰਤਾ ਅਤੇ ਜ਼ਰੂਰੀ ਜੀਵਨ ਨੂੰ ਉਤਸ਼ਾਹਿਤ ਕਰਨ ਦੇ ਲਈ ਭਾਰਤ ਵਿੱਚ ਹੁਨਰ ਕਿਹੜੀ ਪਹਿਲ ਹੁਣ ਕਿਹੜੀ ਪਹਿਲ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਬੁਨਿਆਦੀ ਸਾਖਰਤਾ ਦੀ ਗੱਲ ਕੀਤੀ ਗਈ ਹੈ ਤੇ ਜ਼ਰੂਰੀ ਜੀਵਨ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਗਈ ਹੈ ਸੋ ਇਸ ਸਕੀਮ ਦਾ ਨਾਮ ਹੈ ਜੀ ਯੂਲਾਲਸ ਯਾਨੀ ਕਿ ਯੂ ਡਬਲ ਐਲ ਏ ਐਸ ਸੋ ਇਸ ਸਕੀਮ ਨੂੰ ਸ਼ੁਰੂ ਕੀਤਾ ਗਿਆ ਹੈ ਭਾਰਤ ਦੇ ਵਿੱਚ ਜਿਹਦਾ ਮੁੱਖ ਮੋਟਿਵ ਹੈਗਾਗਾ ਕਿ ਨਵ ਭਾਰਤ ਸਾਖਰਤਾ ਕਾਰਕਮ ਠੀਕ ਹੈ ਜੋ ਕਿ 2022 ਤੋਂ ਲੈ ਕੇ 2027 ਤੱਕ ਕੰਮ ਕਰੂਗਾ ਸਾਖਰਤਾ ਦਿਵਸ ਦੇ ਸਾਖਰਤਾ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਹੈ ਇਹ ਕੰਮ ਕਰੂਗਾ ਠੀਕ ਹੈ ਇਹਨੂੰ ਨਵ ਭਾਰਤ ਨਵ ਭਾਰਤ ਸਾਖਰਤਾ ਕਾਰਜਕ੍ਰਮ ਜਾਂ ਪ੍ਰੋਗਰਾਮ ਵੀ ਕਹਿੰਦੇ ਹਨ। ਓਕੇ ਸੋ ਇਸ ਦਾ ਮੁੱਖ ਕੰਮ ਹੈ ਸਾਖਰਤਾ ਦਰ ਨੂੰ ਵਧਾਉਣਾ। ਨੈਕਸਟ ਹੈ ਜੀ ਮੱਛੀ ਪਾਲਣ ਦੇ ਵਿੱਚ ਭਾਰਤ ਦਾ ਪਹਿਲਾ ਅਟਲ ਇਨਕਿਊਬੇਸ਼ਨ ਸੈਂਟਰ ਕਿਸ ਰਾਜ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ? ਸੋ ਕੇਰਲ ਰਾਜ ਦੇ ਵਿੱਚ ਇਸ ਨੂੰ ਸਟੈਬਲਿਸ਼ ਕੀਤਾ ਜਾਊਗਾ। ਕੇਰਲ ਰਾਜ ਦੀ ਯੂਨੀਵਰਸਿਟੀ ਹੈ ਜੀ ਕੇਰਲਾ ਯੂਨੀਵਰਸਿਟੀ ਆਫ ਫਿਸ਼ਰ ਐਂਡ ਓਸ਼ਨ ਸਟੱਡੀਜ਼। ਠੀਕ ਹੈ ਸੋ ਇਸ ਨੂੰ ਜਿਹੜਾ ਹੈਗਾ ਇੱਥੇ तकरीबन 10 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹ ਦਿੱਤਾ ਗਿਆ ਹੈ ਕੇ ਯੂ ਐਫ ਓ ਐਸ ਓਕੇ ਮੀਨਸ ਕੇਰਲਾ ਕੇ ਤੇ ਕੇਰਲਾ ਯੂ ਤੇ ਯੂਨੀਵਰਸਿਟੀ ਆਫ ਐਫ ਤੇ ਫਿਸ਼ਰ ਓਕੇ ਔਰ ਓਸ਼ਨ ਤੇ ਉਹ ਤੇ ਓਸ਼ਨ ਆ ਗਿਆ ਹੈ ਤੇ ਇਸ ਤੇ ਸਟੱਡੀ ਜਾ ਗਿਆ ਹੈ ਕੋਚੀ ਵੀ ਕਿਸ ਤਰ ਤ ਹੈ ਕੇਰਲਾ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਜਿਹੜਾ ਹੈ ਨੀਤੀ ਅਯੋਗ ਦੇ ਦੁਆਰਾ 10 ਕਰੋੜ ਰੁਪਇਆ ਜਿਹੜਾ ਹੈਗਾ ਫੰਡ ਦੇ ਤੌਰ ਦੇ ਉੱਪਰ ਦਿੱਤਾ ਹੈ ਤਾਂ ਕਿ ਇਸ ਨੂੰ ਉੱਪਰ ਜਿਹੜਾ ਵਰਕ ਕੀਤਾ ਜਾ ਸਕੇ ਔਰ ਇਹਦਾ ਮੁੱਖ ਕੰਮ ਕੀ ਹੈ ਜੀ ਅਟਲ ਐਕਿਊਮੂਨੇਸ਼ਨ ਦਾ ਮੁੱਖ ਕੰਮ ਇਹ ਹੈ ਕਿ ਫਿਸ਼ਰੀ ਇੰਡਸਟਰੀ ਜਿਹੜੀ ਹੈ ਜਾਨੀ ਮੱਛੀ ਉਦਯੋਗ ਜਿਹੜਾ ਹੈ ਉਸ ਨੂੰ ਪ੍ਰਮੋਟ ਕਰਨਾ ਹੈਗਾ ਭਾਰਤ ਦੇ ਵਿੱਚ ਇਹਦਾ ਸਭ ਤੋਂ ਪ੍ਰਮੁੱਖ ਉਦੇਸ਼ ਹੈਗਾ ਨੈਕਸਟ ਹੈ ਸਵਿੰਗੀ ਨੇ ਕਿਸ ਬੈਂਕ ਦੇ ਨਾਲ ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਲਾਂਚ ਕੀਤਾ ਹੈਗਾਗਾ ਐਚਡੀਐਫਸੀ ਬੈਂਕ ਦੇ ਨਾਲ ਮਿਲ ਕੇ ਜਿਹੜਾ ਹੈ ਸਵਿਗੀ ਜੋ ਕਿ ਫਾਸਟ ਫੂਡ ਦੇ ਨਾਲ ਸੰਬੰਧਿਤ ਹੈ ਸੋ ਉਸਨੇ ਇੱਕ ਕ੍ਰੈਡਿਟ ਕਾਰਡ ਜਿਹੜਾ ਹੈ ਸ਼ੁਰੂ ਕੀਤਾ ਹੈਗਾਗਾ ਜਿਸ ਦੇ ਅਧੀਨ ਉਹਨਾਂ ਨੂੰ ਕ੍ਰੈਡਿਟ ਨਾਮ ਦੀਆਂ ਜਿਹੜੀਆਂ ਸੁਵਿਧਾਵਾਂ ਨਿਕੀਆਂ ਉਹ ਦਿੱਤੀਆਂ ਜਾਣੀਆਂ ਓਕੇ ਸੋ ਇਹ ਬੈਂਕ ਹੈ ਜਿਹਦੇ ਨਾਲ ਮਿਲ ਕੇ ਨੇ ਸ਼ੁਰੂ ਕੀਤਾ ਹੈ ਉਸ ਦਾ ਨਾਮ ਹੈ ਜੀ ਐਚਡੀਐਫਸੀ ਓਕੇ ਸਵਿਗੀ ਸੋ ਇਸ ਤਰ੍ਹਾਂ ਦਾ ਇੱਕ ਜਿਹੜਾ ਹੈ ਨਵਾਂ ਕ੍ਰੈਡਿਟ ਕਾਰਡ ਲਾਂਚ ਕੀਤਾ ਗਿਆ ਹੈਗਾਗਾ ਸਵਿਗੀ ਪਲੱਸ ਐਚਡੀਐਫਸੀ ਬੈਂਕ ਵਾਲਾ ਨੈਕਸਟ ਹੈ ਜੀ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਵਿੱਚ ਗੰਧਕ ਨਾਲ ਲੇਪ ਵਾਲੀ ਯੂਰੀਆ ਕਿਸ ਕਿਸਮ ਦੀ ਲਾਂਚ ਕੀਤੀ ਹੈਗੀ ਹੈ ਜੀ ਯੂਰੀਆ 골ਡ ਯੂਰੀਆ 골ਡ ਦੇ ਨਾਮ ਨਾਲ ਜਿਹੜੀ ਸੰਬੰਧਿਤ ਇੱਕ ਯੂਰੀਆ ਲਾਂਚ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਵਿੱਚ ਉਹਨੂੰ ਲਾਂਚ ਕੀਤਾ ਗਿਆ ਹੈਗਾ ਓਕੇ ਨੈਕਸਟ ਹੈ ਜੀ ਸਰਕਾਰ ਨੇ ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ ਨੂੰ ਕਿਸ ਮਿਤੀ ਤੱਕ ਵਧਾ ਦਿੱਤਾ ਗਿਆ ਹੈ 30 ਜੂਨ 2024 ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈਗਾ ਓਕੇ ਅਟਲ ਬੀਮਤ ਵਿਅਕਤੀ ਕਲਿਆਣ ਸਕੀਮ ਸੋ ਇਸ ਨੂੰ ਬਹੁਤ ਪੁਰਾਣੇ ਸਮੇਂ ਤੋਂ ਲਾਂਚ ਕੀਤਾ ਹੋਇਆ ਹੈ ਜਾਨੀ ਕਿ ਅਟਲ ਵਿਭਾਜਪਾਈ ਦੀ ਸਰਕਾਰ ਦੇ ਦੁਆਰਾ ਲਾਂਚ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ ਇਸ ਨੂੰ ਦੁਬਾਰਾ ਤੋਂ ਇੰਟਰੋਡਿਊਸ ਕਰਾਇਆ ਗਿਆ ਸੀ ਦੁਬਾਰਾ ਤੋਂ ਮੋਡੀਫਾਈ ਕਰਕੇ ਇਸ ਨੂੰ ਇੱਕ ਸੱਤ 1 ਜੁਲਾਈ 2018 ਨੂੰ ਦੁਬਾਰਾ ਤੋਂ ਰੀਲਾਂਚ ਕੀਤਾ ਸੀਗਾ ਫਿਰ ਜਦੋਂ ਇਹਰੀ ਲਾਂਚ ਕੀਤਾ ਸੀ ਤਾਂ ਕੁਝ ਸਮੇਂ ਬਾਅਦ ਇਸ ਦੀ ਡੇਟ ਜਿਹੜੀ ਆ ਉਹ ਐਕਸਟੈਂਡ ਕਰ ਦਿੱਤੀ ਗਈ ਸੀ ਕਿ ਤਾਂ ਕਿ ਜਿਹੜਾ ਹੈ ਹੋਰ ਇਹਦੇ ਵਿੱਚ ਸ਼ਾਮਲ ਹੋ ਸਕਣ ਇਸ ਲਈ 20 ਜਨਵਰੀ 2021 ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀਗਾ ਓਕੇ 20 ਜਨਵਰੀ 2021 ਤੋਂ ਬਾਅਦ ਫਿਰ ਇਸ ਦਾ ਜਿਹੜਾ ਐਕਸਟੈਂਡਡ ਡੇਟ ਰਹੀ ਸੀਗੀ ਉਹ ਅੱਗੇ ਵਧਾ ਦਿੱਤੀ ਸੀਗੀ ਜੋ ਕਿ 30 ਜੂਨ 2000 30 ਜੂਨ 2000 24 ਤੱਕ ਹੁਣ ਵਧਾ ਦਿੱਤੀ ਕਿ ਜਨਕਿ ਅਗਲੇ ਸਾਲ ਦੇ ਜੂਨ ਮਹੀਨੇ ਤੱਕ ਜਿਹੜਾ ਟੱਲ ਬੀਮਤ ਵਿਅਕਤੀ ਕਲਿਆਣ ਯੋਜਨਾ ਸਕੀਮ ਕਰਦੇ ਰਹੇਗੇ ਇਹਦੇ ਦਿਨ ਜਿਹੜਾ ਹੈ ਮਜ਼ਦੂਰਾਂ ਨੂੰ ਜਿਹੜਾ ਹੈ ਸੁਵਿਧਾਵਾਂ ਪ੍ਰੋਵਾਈਡ ਕਰਨੀਆਂ ਸੀਗੀਆਂ ਉਹਨਾਂ ਦੇ ਮੈਡੀਕਲ ਚੈੱਕਅਪ ਦੇ ਲਈ ਉਹਨਾਂ ਨੂੰ ਜਿਹੜਾ ਹੈ ਭੱਤੇ ਦੇ ਤੌਰ ਦੇ ਉੱਪਰ ਜਿਹੜੇ ਪੈਸੇ ਪ੍ਰੋਵਾਈਡ ਕਰਨੇ ਸੀ ਸੋ ਉਸ ਨੇ ਦੇ ਵਿੱਚ ਇਨਕਲੂਡ ਰੱਖਿਆ ਗਿਆ ਹੈਗਾ ਮਜ਼ਦੂਰ ਵਰਗ ਦੇ ਨਾਲ ਓਕੇ ਨੈਕਸਟ ਹੈ ਜੀ ਪੰਜਵੇਂ ਸਾਲ ਦੇ ਪੰਜਵੇਂ ਸਾਲ ਲਈ ਰਾਜ ਦੇ ਪੀਐਸਪੀਯੂ ਅਤੇ ਕਾਰਪੋਰੇਸ਼ਨ ਨੂੰ ਆਧਾਰ ਦੇਣ ਦੇ ਵਿੱਚ ਕਿਸ ਬੈਂਕ ਨੂੰ ਜਨਤਕ ਖੇਤਰ ਦੇ ਪ੍ਰਮੁੱਖ ਬੈਂਕ ਦੇ ਵਜੋਂ ਦਰਜਾ ਦਿੱਤਾ ਗਿਆ ਹੈ ਗਗਾ ਸੋ ਇਹ ਕੈਨਰਾ ਬੈਂਕ ਸੋ ਕੈਨਰਾ ਬੈਂਕ ਨੂੰ ਜਿਹੜਾ ਹੈ ਪੰਜਵੇਂ ਸਾਲ ਦੇ ਲਈ ਰਾਜ ਦੇ ਪੀਐਸਪੀਯੂ ਅਤੇ ਕਾਰਪੋਰੇਸ਼ਨ ਨੂੰ ਆਧਾਰ ਦੇਣ ਦੇ ਲਈ ਕੈਨਰਾ ਬੈਂਕ ਨੂੰ ਜਨਤਕ ਖੇਤਰ ਦੇ ਵਿੱਚ ਸਭ ਤੋਂ ਬੈਸਟ ਬੈਂਕ ਦੇ ਤੌਰ ਦੇ ਉੱਪਰ ਜਿਹੜਾ ਹੈ ਦਰਜਾ ਦਿੱਤਾ ਗਿਆ ਹੈ ਨੈਕਸਟ ਹੈ ਤਨਕਾਸਤ ਸੋ ਤਨਕਾਸਤ ਇਹ ਮੁੱਖ ਘਟਨਾ ਹੈ ਕਿ ਕਿਸ ਕੰਪਨੀ ਨੇ ਡਲ ਝੀਲ ਸ਼੍ਰੀਨਗਰ ਤੇ ਆਪਣਾ ਪਹਿਲਾ ਫਲੋਟਿੰਗ ਸਟੋਰ ਲਾਂਚ ਕੀਤਾ ਹੈ ਸੋ ਇਹ ਕੰਪਨੀ ਦਾ ਨਾਮ ਹੈ Amazon India ਸੋ Amazon India ਨੇ ਜਿਹੜਾ ਹੈ ਬਈ ਸ਼੍ਰੀਨਗਰ ਦੇ ਵਿੱਚ ਆਪਣੀ ਇੱਕ ਫਲੋਟਿੰਗ ਜਿਹੜੀ ਸਟੋਰ ਹੈ ਉਸ ਨੂੰ ਲਾਂਚ ਕੀਤਾ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਪ੍ਰੋਵਾਈਡ ਕੀਤਾ ਜਾਇਆ ਕਰੂਗਾ ਝੀਲ ਦੇ ਵਿੱਚ ਹੀ ਡਲ ਝੀਲ ਹੈ ਸਪੈਸ਼ਲੀ ਯਾਦ ਰੱਖਣਾ ਹੈ ਨੈਕਸਟ ਹੈ ਰਾਜਸਥਾਨ ਦੇ ਵਿੱਚ ਪਹਿਲਾ ਟਰਾਂਸ ਜੈਡਰ ਜਨਮ ਸਰਟੀਫਿਕੇਟ ਕਿਸ ਨੂੰ ਜਾਰੀ ਕੀਤਾ ਗਿਆ ਹੈ ਨੂਰ ਸਿਖਾਵਤ ਨੂਰ ਸਿਖਾਵਤ ਨੂੰ ਜਿਹੜਾ ਹੈ ਰਾਜਸਥਾਨ ਦੇ ਵਿੱਚ ਪਹਿਲਾ ਟਰਾਂਸ ਜੈਡਰ ਜਨਮ ਸਰਟੀਫਿਕੇਟ ਜਿਹੜਾ ਹੈ ਉਹ ਜਾਰੂ ਕੀਤਾ ਗਿਆ ਹੈ ਰਾਜਸਥਾਨ ਸਰਕਾਰ ਦੇ ਦੁਆਰਾ ਇਸ ਨੂੰ ਜਾਰੀ ਕੀਤਾ ਗਿਆ ਹੈ ਓਕੇ ਸੋ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਸੋ ਪਹਿਲਾ ਵਿਅਕਤੀ ਹੈ ਰਾਜਸਥਾਨ ਦਾ ਜਿਸ ਨੂੰ ਇਹ ਜਨਮ ਸਰਟੀਫਿਕੇਟ ਦਿੱਤਾ ਗਿਆ ਹੈ ਨੈਕਸਟ ਹੈ ਜੀ ਕਿਸ ਰਾਜ ਸਰਕਾਰ ਨੇ ਸ਼ਾਸਨ ਮੁਲਾਂਕਣ ਲਈ ਕਮਾਂਡ ਸੈਂਟਰ ਤੇ ਸੀਐਮ ਡੈਸ਼ਬੋਰਡ ਲਾਂਚ ਕੀਤਾ ਹੈ ਉਸ ਦਾ ਨਾਮ ਹੈ ਜੀ ਉੱਤਰ ਪ੍ਰਦੇਸ਼ ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਦੇ ਸੀਐਮ ਯੋਗੀ ਅਦਿੱਤਿਆਨਾਥ ਨੇ ਜਿਹੜਾ ਹੈ ਸਰਕਾਰ ਦਾ ਪੂਰਾ ਮਲੰਕਣ ਗੰਦਲੀ ਕੇ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਠੀਕ ਹੈ ਤਾਂ ਉਹਦੇ ਲਈ ਇੱਕ ਕਮਾਂਡ ਸੈਂਟਰ ਤੇ ਸੀਐਮ ਡੈਸ਼ਬੋਰਡ ਜਿਹੜਾ ਹੈ ਉਸ ਨੂੰ ਲਾਂਚ ਕੀਤਾ ਹੈ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਨੈਕਸਟ ਹੈ ਜੀ ਨਾਵਲ ਚਾਈ ਟਾਈਮ ਇਟ ਸਨਮਨ ਗਾਰਡਨ ਲੇ 2023 ਦਾ ਸਾਹਿਤਿਕ ਪੁਰਸਕਾਰ ਕਿਸ ਨੇ ਜਿੱਤਿਆ ਹੈ ਗਗਾ ਸੋ ਇਸਦੀ ਲੇਖਕਾ ਦਾ ਨਾਮ ਹੈ ਜੀ ਸ਼ੰਕਰੀ ਚੰਦਰਨ ਸ਼ੰਕਰੀ ਚੰਦਰਨ ਨੇ ਜਿਹੜਾ ਹੈ ਗਗਾ ਚਾਈ ਟਾਈਮ ਐਟ ਚਨਮਨ ਸਨਮਾਨ ਗਾਰਡਨ ਪੁਸਤਕ ਦੇ ਲਈ ਜਿਹੜਾ ਹੈ ਜੋ ਕਿ ਇੱਕ ਨਾਵਲ ਹੈ ਉਸਨੇ ਪੁਰਸਕਾਰ 2023 ਦੇ ਲਈ ਮਿਲਿਆ ਹੈ ਗਗਾ ਸਾਹਿਤਿਕ ਪੁਰਸਕਾਰ ਵੈਰੀ ਵੈਰੀ ਇੰਪੋਰਟੈਂਟ ਹੈ 2023 ਦਾ ਨੈਕਸਟ ਹੈ ਜੀ ਕਿਸ ਦੇਸ਼ ਦਾ ਬੈਂਕ ਇੰਟਰਨੈਸ਼ਨਲ ਕਮੇਟੀ ਔਨ ਕ੍ਰੈਡਿਟ ਰਿਪੋਰਟਿੰਗ ਸੀ ICCR ਵਿੱਚ ਸ਼ਾਮਲ ਹੁੰਦਾ ਹੈ ਸੋ ਇਹ ਬੈਂਕ ਆਫ ਇਜ਼ਰਾਈਲ ਬੈਂਕ ਆਫ ਇਜ਼ਰਾਈਲ ਨੂੰ ਜਿਹੜਾ ਹੈ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਗਾ ਜੀ ਜੋ ਕਿ ਇੰਟਰਨੈਸ਼ਨਲ ਕਮੇਟੀ ਔਨ ਕ੍ਰੈਡਿਟ ਰਿਪੋਰਟਿੰਗ ਦੇ ਵਿੱਚ ਸ਼ਾਮਲ ਹੁੰਦਾ ਹੈ ਕਾਕਾ ਨੈਕਸਟ ਹੈ ਕਿਹੜਾ ਸ਼ਹਿਰ ਪੰਜਵੀਂ ਵਿਸ਼ਵ ਕਾਫੀ ਕਾਨਫਰੰਸ 2023 ਦੀ ਮੇਜ਼ਬਾਨੀ ਕਰੇਗਾ ਸੋ ਬੈਂਗਲੂਰ ਸ਼ਹਿਰ ਜਿਹੜਾ ਕਿ ਕਰਨਾਟਕ ਦੇ ਵਿੱਚ ਪੈਂਦਾ ਹੈ ਸੋ ਉਹ ਸ਼ਹਿਰ ਜਿਹੜਾ ਹੈ ਇਸ ਨੂੰ ਕਾਨਫਰੰਸ ਨੂੰ ਆਰਗੇਨਾਈਜ਼ ਕਰੇਗਾ 2023 ਦੀ ਇਹ ਕਾਨਫਰੰਸ ਰਹੇਗੀ ओके okay? और यह जड़ी फिफ्थ वर्ल्ड कॉफी कॉन्फ्रेंस रहेगी कॉफी ਦੇ दे ਜੋਗ ਦੇ ਨਾਲ ਸੰਬੰਧਿਤ ਹੈ ਜੋ ਕਿ तकरीबन 25 ਤੋਂ 28 ਸਤੰਬਰ 25 ਤੋਂ 28 ਸਤੰਬਰ 2023 ਨੂੰ ਇਹ ਹੋਣੀ ਹੈਗੀ ਹੈਗੀ ਬੰਗਲੌਰ ਦੇ ਵਿੱਚ ਇਹ ਹੋਣੀ ਹੈਗੀ ਹੈਗੀ ਤੇ ਬੰਗਲੌਰ ਦੇ ਵਿੱਚ ਇਹ ਇੱਕ ਖੇਤਰ ਪੈਂਦਾ ਹੈ ਜਿਸ ਨੂੰ ਕਿ ਸਿਲੀਕਨ ਵੈਲੀ ਕਿਹਾ ਜਾਂਦਾ ਹੈ ਜਿਸ ਨੂੰ ਕਿ ਸਿਲੀਕਨ ਵੈਲੀ ਜਾਂ ਸਿਲੀਕਨ ਸਿਟੀ ਆਫ ਇੰਡੀਆ ਕਿਹਾ ਜਾਂਦਾ ਹੈ ਸੋ ਇਸ ਖੇਤਰ ਦੇ ਵਿੱਚ ਇਸ ਵਿਸ਼ਵ ਕਾਨਫਰੰਸ ਨੂੰ ਜਿਹੜਾ ਮਨਾਇਆ ਜਾਊਗਾ ਅਤੇ ਇਹਦਾ ਬ੍ਰਾਂਡ ਐਮਬੈਸਡਰ ਰਹੇਗੇ ਅਗੇ ਬ੍ਰਾਂਡ ਐਮਬੈਸਡਰ 2023 ਦੀ ਕਾਨਫਰੰਸ ਦੇ ਪੰਜਵੀਂ ਹੈ ਇਹ ਵੀ ਯਾਦ ਰੱਖਣਾ ਹੈ ਓਕੇ ਬ੍ਰਾਂਡ ਐਮਬੈਸਡਰ ਰਹੇਗੇ ਜੀ ਰੋਹਨ ਬਪਾਨਾ ਰੋਹਨ ਬਪਾਨਾ ਇਹ ਇਹ ਸਤੇ ਬ੍ਰਾਂਡ ਮਾਸਟਰ ਹੈਗੇ ਨੇ ਵਰਤਮਾਨ ਸਮੇਂ ਨੈਕਸਟ ਹੈ ਜੀ ਕਿਸ ਦੇਸ਼ ਦੀ ਮਹਿਲਾ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਟੋਰਨੀਓ ਡੇਲਸ ਟਨਰੀਓ 2023 ਜਿੱਤਿਆ ਹੈ ਭਾਰਤ ਨੇ ਜਿੱਤਿਆ ਹੈ ਇਹ ਸਹੀ ਹੈ ਜੀ ਦਾ ਠੀਕ ਹੈ ਸੋ ਭਾਰਤ ਨੇ ਮਹਿਲਾ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਟੋਰਨੀਓ ਡੇਲਸ ਸੈਂਟਰਾਯੂ ਸੈਂਟਰਨ ਨਰੀਓ 2023 ਜਿਹੜਾ ਹੈ ਉਹ ਜਿੱਤ ਲਿਆ ਹੈਗਾ ਓਕੇ ਤੇ ਭਾਰਤ ਦਾ ਇਹਦੇ ਵਿੱਚ ਪਹਿਲਾ ਸਥਾਨ ਆ ਜਾਂਦਾ ਹੈ ਨੈਕਸਟ ਹੈ ਜੀ ਇਨਫੋਰਸਮੈਂਟ ਡਾਇਰੈਕਟਰ ਦਾ ਮੌਜੂਦਾ ਡਾਇਰੈਕਟਰ ਕੌਣ ਹੈ ਜੀ ਐਸ ਕੇ ਮਿਸ਼ਰਾ ਇਨਫੋਰਸਮੈਂਟ ਡਾਇਰੈਕਟਰ ਈਡੀ ਦਾ ਜਿਹੜਾ ਮੌਜੂਦਾ ਡਾਇਰੈਕਟਰ ਹੈ ਜੀ ਉਸਦਾ ਨਾਮ ਹੈ ਐਸ ਕੇ ਮਿਸ਼ਰਾ ਇਹ ਵਰਤਮਾਨ ਸਮੇਂ ਦੀ ਡਾਇਰੈਕਟਰ ਨੇ ਕੀਤੀ ਨੈਕਸਟ ਹੈ ਜੀ ਸਾਲ ਦਾ ਆਪਣਾ ਚੌਥਾ ਡਬਲਯੂਟੀਏ ਖਿਤਾਬ ਕਿਸ ਨੇ ਆਪਣੀ ਧਰਤ ਦੇ ਪਹਿਲੀ ਵਾਰ ਦਿੱਤਿਆ ਹੈਗਾ ਸੋ ਇਹਦਾ ਨਾਮ ਹੈ ਜੀ ਇਗਾ ਸਵੇਤਿਕ ਸੋ ਇਗਾ ਸਵੇਤਿਕ ਜਿਹੜੀ ਹੈ ਜੀ ਪੋਲੈਂਡ ਦੀ ਇੱਕ ਟੈਂਸ ਪਲੇਅਰ ਹੈਗੀ ਹੈਗੀ ਪੋਲੈਂਡ ਦੀ ਟੈਂਸਪਲੇਅਰ ਹੈ ਸੋ ਇਸ ਨੇ ਆਪਣੀ ਧਰਤੀ ਦੇ ਉੱਪਰ ਪਹਿਲੀ ਵਾਰ ਟੀਏ ਦਾ ਖਿਤਾਬ ਜਿਹੜਾ ਹੈ ਉਹ ਜਿੱਤਿਆ ਹੈ ਆਪਣੀ ਹੀ ਧਰਤੀ ਦੇ ਉੱਪਰ ਓਕੇ ਔਰ ਵਰਡ ਦੇ ਵਿੱਚ ਜੇਕਰ ਆਪਾਂ ਟੈਂਸਪਲੇਅਰ ਦੇ ਵਿੱਚ ਗੱਲ ਕਰੇਗੀ ਤਾਂ ਵਰਡ ਨੰਬਰ 1 ਦੇ ਉੱਪਰ ਟੈਂਸਪਲੇਅਰ ਦੇ ਵਿੱਚ ਦਾ ਨਾਮ ਆ ਰਿਹਾ ਹੈ ਪ੍ਰੈਜ਼ੈਂਟ ਦੇ ਵਿੱਚ ਓਕੇ ਨੈਕਸਟ ਹੈ ਜੀ ਹਾਲੀ ਦੇ ਵਿੱਚ ਜਿਨ੍ਹਾਂ ਨੇ ਗੁਜਰਾਇਤ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਦੇ ਵਜੋਂ ਸੌ ਚੁੱਕੀ ਹੈਗੀ ਹੈ ਜੀ ਸੁਸਤਾ ਨਾਮ ਹੈ ਚੀਫ ਜਸਟਿਸ ਸੁਨੀਤਾ ਅਗਰਵਾਲ ਸੋ ਗੁਜਰਾਤ ਹਾਈ ਕੋਰਟ ਗੁਜਰਾਤ ਹਾਈ ਕੋਰਟ 1 ਮਈ 1960 ਨੂੰ ਬਣਾਈ ਗਈ ਸੀਗੀ ਜਿਹਦਾ ਹੈੱਡ ਕੁਆਟਰ ਜਿਹੜਾ ਹੈ ਉਹ ਅਹਮਦਾਬਾਦ ਦੇ ਵਿੱਚ ਹੈ ਅਹਮਦਾਬਾਦ ਦੇ ਵਿੱਚ ਸਥਿਤ ਹੈ ਸੋ ਇੱਥੇ ਇਸ ਨੂੰ ਜਿਹੜਾ ਹੈ ਐਸਟੈਬਲਿਸ਼ ਕੀਤਾ ਗਿਆ ਸੀਗਾ ਇਹਦੇ ਵਿੱਚ ਜੱਜਾਂ ਦੀ ਗਿਣਤੀ ਗੱਲ ਕਰੀਏ ਤਾਂ ਤਕਰੀਬਨ 52 ਜੱਜਸ ਇਸ ਦੇ ਵਿੱਚ ਕੰਮ ਕਰ ਰਹੇ ਹੈ ਤੇ ਚੀਫ ਜਸਟਿਸ ਹੈਗੇ ਜੀ ਜਸਟਿਸ ਸੁਨੀਤਾ ਅਗਰਪਾਲ ओके ऐसे कि अपने 1 ਤਰੀਕ ਤੋਂ ਲੈ ਕੇ 3 ਤਰੀਕ ਦੇ ਦੌਰਾਨ ਕੁਝ ਪ੍ਰਮੁੱਖ ਘਟਨਾਵਾਂ ਜਿਹੜੀਆਂ ਕਰੰਟ ਅਫੇਅਰ ਦੇ ਵਿੱਚ ਆਉਂਦੀਆਂ ਹੈਗੀਆਂ ਨੇ ਇਹ ਵੀ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਐਗਜੈਕਟ ਡੇ ਕਦੇ ਨਹੀਂ ਪੁੱਛਦੇ ਹੁੰਦੇ ਬਸ ਨਾਰਮਲ ਹੀ ਪੁੱਛ ਲੈਂਦੇ ਕਿ ਕਿਹੜੀ ਚੀਜ਼ ਕਿਸ ਖੇਤਰ ਦੇ ਨਾਲ ਸੰਬੰਧਤ ਹੈ ਕਦੋਂ ਉਸ ਦੇ ਨਾਲ ਸੰਬੰਧਿਤ ਘਟਨਾ ਹੋਈ ਹੈ ਸੋ ਆਪਾਂ ਸਪੈਸ਼ਲੀ ਯਾਦ ਰੱਖਣਾ ਹੁੰਦਾ ਹੈ ਇਹਦੇ ਵਿੱਚ ਆਪਾਂ 3 ਦਿਨ ਕਵਰ ਕੀਤੇ ਆ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਲਈ ਕਾਫੀ ਹੈਲਪਫ ਰਹਿਣਗੇ ਔਰ ਰਮਨ ਇੰਸਟੀਚਿਊਟ ਨਾਮ ਦੀ ਐਪ ਹੈ ਜੋ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣ ਤੁਸੀਂ ਨਾ ਭੁੱਲਿਆ ਕਰੋ ਕਿ ਦੇ ਵਿੱਚ ਬਹੁਤ ਸਾਰਾ ਜਿਹੜਾ ਮੈਟਰ ਹੈ ਤੁਹਾਨੂੰ ਜਿਵੇਂ ਪੀਡੀਐਫ ਵਗੈਰਾ ਜਿਹੜੇ ਹੈਗੇ ਨੇਗੇ ਉਹ ਪ੍ਰੋਵਾਈਡ ਕੀਤੇ ਜਾਂਦੇ ਆ ਤਾਂ ਤੁਸੀਂ ਉੱਥੋਂ ਕਲੈਕਟ ਕਰ ਸਕਦੇ ਹੁੰਦੇ ਹੈਗੇ ਹੋ ਇਸ ਤੋਂ ਲਾ ਵਟਸਐਪ ਗਰੁੱਪ ਜੁਆਇਨ ਕਰਨ ਲਈ ਵੀ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਥੈਂਕ ਯੂ so much